ਅਸੀਂ 4 ਤਰੀਕ ਨੂੰ ਗੁਰਪ੍ਰੀਤ ਨਾਂ ਦੇ ਸ਼ਖਸ ਨੈਣ ਕਲਾਂ ਦਾ ਰਹਿਣ ਵਾਲਾ ਹੈ, ਉਹਨੇ ਥਾਣੇ ਆ ਕੇ ਰਿਪੋਰਟ ਕਰਾਈ ਸੀ ਕਿ ਮੇਰੀ ਘਰਵਾਲੀ ਹਰਵਿੰਦਰ ਕੌਰ ਉਹਨਾਂ ਦੇ ਪਿੰਡ ਦਾ ਹੀ ਗੁਰਦੀਪ ਹੈ, ਉਹਦੇ ਨਾਲ ਕਿਤੇ ਚਲੀ ਗਈ ਹੈ, ਜਿਸ ਤਹਿਤ ਥਾਣੇ ਸਦਰ ਪਟਿਆਲੇ ਦੇ ਵਿੱਚ 346 IPC ਦੇ ਤਹਿਤ ਪਰਚਾ ਦਰਜ ਹੋਇਆ ਸੀ। ਅਤੇ ਅੱਜ ਸਵੇਰੇ ਜਿਹੜੀ ਹਰਵਿੰਦਰ ਕੌਰ ਹੈ ਉਹਦੀ ਮਾਤਾ ਨੇ ਅਤੇ ਹਰਵਿੰਦਰ ਕੌਰ ਅਤੇ ਉਹਦਾ ਘਰ ਵਾਲਾ ਹੀ ਗੁਰਪ੍ਰੀਤ ਥਾਣੇ ਆ ਗਏ ਸੀਗੇ, ਅਤੇ ਉਹਨਾਂ ਨੇ ਆ ਕੇ ਥਾਣੇ SHO ਨੂੰ ਇਹ ਗੱਲ ਕਹੀ ਵੀ ਮੈਨੂੰ ਗਲਤ ਫਹਿਮੀ ਹੋ ਗਈ ਸੀ ਵੀ ਮੇਰੀ ਘਰਵਾਲੀ ਵਾਪਸ ਆ ਗਈ ਹੈ, ਅਤੇ ਮੈਂ ਜਿਹੜਾ ਕੇਸ ਰਜਿਸਟਰ ਕਰਾਇਆ ਉਹ 'ਤੇ ਕੋਈ ਕਾਰਵਾਈ ਨਹੀਂ ਕਰਾਉਣੀ ਚਾਹੁੰਦਾ। ਇਸੇ ਤਰ੍ਹਾਂ ਹੀ ਉਹ ਜਿਹੜੀ ਉਹਦੀ ਹਰਵਿੰਦਰ ਕੌਰ ਉਹਦੀ ਘਰਵਾਲੀ ਸੀਗੀ, ਉਹਦਾ 164 ਦਾ ਕੋਰਟ ਦੇ ਵਿੱਚ ਜਾ ਕੇ ਬਿਆਨ ਕਰਾਤਾ ਸੀਗਾ, ਉਦੋਂ ਇਹ ਗੱਲ ਹੈਗੀ 1 ਵਜੇ ਦੀ। ਉਸ ਤੋਂ ਬਾਅਦ ਉੱਥੋਂ ਬਿਆਨ ਕਰਾਉਣ ਤੋਂ ਬਾਅਦ ਉਹ ਵਾਪਸ ਆਪਣੇ ਪਿੰਡ ਚਲੇ ਗਏ ਸੀ, ਤਾਂ ਕੋਈ ਸ਼ਾਮ ਨੂੰ ਵਕਤ ਕੋਈ 4:15 ਜਿਹੜਾ ਗੁਰਪ੍ਰੀਤ ਸੀਗਾ ਇਹ ਵੀ ਜਾ ਰਿਹਾ ਸੀ ਜੌੜੀਆਂ ਸੜਕਾਂ ਦੇ ਕੋਲ, ਉਹ ਜਿਹੜਾ ਆਪਣਾ ਫਨ ਵਾਰਡ ਦੇ ਕੋਲ ਗੁਰਦੀਪ ਸਿੰਘ ਵੀ ਉੱਥੇ ਕਾਰ 'ਤੇ ਜਾ ਰਿਹਾ ਸੀਗਾ। ਇਹਨੇ ਉਹਨੂੰ ਕਿਤੇ ਫੋਨ 'ਤੇ ਕਿਹਾ ਵੀ ਮੈਂ ਇੱਕ ਵਾਰੀ ਮੇਰੀ ਗੱਲ ਸੁਣ ਲਾ ਵੀ ਚਲੋ ਮੈਨੂੰ ਮਾਫ਼ੀ ਮੰਗਾ ਦਿਉ, ਮੈਂ ਤੈਨੂੰ ਕੁਛ ਨਹੀਂ ਕਹਿੰਦਾ। ਤਾਂ ਉਹ ਕਾਰ 'ਤੇ ਜਾ ਰਹੇ ਸੀ, ਉਹ ਕਾਰ ਅੱਗਿਓਂ ਜਦੋਂ ਉਹਨਾਂ ਨੇ ਰੋਕੀ ਤਾਂ ਇਹਨੇ ਉਹਨੂੰ ਜੱਫੀ 'ਚ ਪਾ ਕੇ ਵੀ ਚੱਲ ਠੀਕ ਆ ਵੀ ਜੋ ਕੁਛ ਹੋਇਆ ਖਤਮ ਹੋਇਆ, ਅਤੇ ਉਹਨੇ ਮਾੜਾ ਜਿਹਾ ਥੋੜ੍ਹਾ ਜਿਹਾ ਅੱਗੇ ਲਿਜਾ ਕੇ ਉਹਦੇ ਪੱਟਾਂ ਦੇ ਵਿੱਚ ਗੋਲੀ ਮਾਰਤੀ, ਗੋਲੀ ਮਾਰ ਕੇ ਆਪਣੇ ਮੋਟਰਸਾਈਕਲ 'ਤੇ ਉੱਥੋਂ ਫਰਾਰ ਹੋ ਗਿਆ, ਫਰਾਰ ਹੋ ਕੇ ਆਪਣੇ ਪਿੰਡ ਚਲਾ ਗਿਆ। ਪਿੰਡ ਜਾ ਕੇ ਉਹਦੀ ਘਰਵਾਲੀ ਘਰ ਸੀਗੀ, ਉਹਦੇ ਵੀ ਜਾ ਕੇ ਇਹਨੇ ਉਹ ਕਮਰੇ 'ਚ ਪਈ ਸੀਗੀ, ਉਹਦੇ ਵੀ ਪੱਟਾਂ 'ਚ ਗੋਲੀ ਮਾਰ ਕੇ ਅਤੇ ਘਰੋਂ ਵੀ ਉੱਥੋਂ ਫਰਾਰ ਹੋ ਗਿਆ। ਜਿਹੜੇ ਦੋਨੇ ਫੱਟੜ ਨੇ ਇਸ ਟਾਈਮ ਰਜਿੰਦਰਾ ਹੋਸਪਿਟਲ ਦਾਖਲ ਨੇ, ਉਹਨਾਂ ਦੇ ਬਿਆਨ ਲਿਖੇ ਜਾ ਰਹੇ ਨੇ, ਬਿਆਨ ਦੇ ਮੁਤਾਬਕ ਅਗਲੀ ਕਾਰਵਾਈ ਕੀਤੀ। ਇਹ ਰਿਸ਼ਤੇਦਾਰ ਨੇ ਜੀ ਤੁਹਾਨੂੰ ਕਿਹੜੇ ਜੀ? ਇਹ ਦੋਨੋਂ ਜਿਹੜੇ ਪੀੜਿਤ ਨੇ ਜ਼ਖਮੀ ਨੇ, ਇਹ ਪਿੰਡ ਦੇ ਹੀ ਨੇ? ਦੋਨੋਂ ਇੱਕੋ ਪਰਿਵਾਰ 'ਚੋਂ? ਨਹੀਂ, ਪਰਿਵਾਰ 'ਚੋਂ ਤਾਂ ਨਹੀਂ ਗਏ, ਸ਼ਰੀਕੇ 'ਚੋਂ ਨੇ। ਰਿਸ਼ਤੇਦਾਰੀ 'ਚ ਹੀ ਨੇ? ਅਤੇ ਗੋਲੀ ਜਿਹੜੀ ਮਾਰੀ ਹੈ ਕਿੰਨੇ ਫਾਇਰ ਕਿੰਨੇ ਨੇ? ਇੱਕ ਲੱਗੀ ਹੈ, ਦੋ ਲੱਗੀਆਂ ਨੇ? ਇਹ ਹਜੇ ਅਸੀਂ ਡਾਕਟਰ ਤੋਂ ਲੈਣੀ ਆ, ਡਾਕਟਰ ਸਾਹਿਬ ਜਿਹੜੀ ਮਹਿਲਾ ਰਹੂਗੀ ਵੀ ਕਿੰਨੀਆਂ ਹੋਏ ਨੇ ਫਾਇਰ ਸ਼ੂਟ, ਉਹਦੇ ਮੁਤਾਬਕ ਅਸੀਂ ਕਾਰਵਾਈ। ਕੇਸ ਰਜਿਸਟਰਡ ਇੱਕ ਥਾਣੇ 'ਚ ਜਾਂ ਦੋ ਥਾਣੇ 'ਚ ਹੋਏਗਾ ਜੀ? ਇਹ ਜਿਹੜਾ ਇਹ ਹੁਣ ਬਕੂਆ ਹੋਇਆ ਇਹ ਥਾਣਾ ਸਨੌਰ ਦਾ ਏਰੀਆ ਪੈਂਦਾ, ਅਤੇ ਜਿਹੜਾ ਬਕੂਆ ਗੋਲੀਆਂ ਚੱਲਣ ਵਾਲਾ ਇਹ ਥਾਣੇ ਸਨੌਰ ਦੇ ਵਿੱਚ ਦਰਜ ਕੀਤਾ ਜਾ ਰਿਹਾ। ਸਨੌਰ ਦਰਜ ਹੋਊਗਾ? ਹਾਂਜੀ। ਜਿਹੜੀ ਘਰ ਜਾ ਕੇ ਮਾਰੀਆਂ ਨੇ ਉਹ ਵੀ? ਉਹ ਕਿਉਂਕਿ ਬਕੂਆ ਇੱਥੋਂ ਸ਼ੁਰੂ ਹੋ ਗਿਆ ਸੀਗਾ, ਉਹ ਕੰਟੀਨਿਊ ਚੱਲੂਗਾ। ਆਰੋਪੀ ਕੀ ਕਰਦਾ ਜਿਹਨੇ ਫਾਇਰਿੰਗ ਕੀਤੀ ਹੈ? ਕੀ ਕਰਦਾ? ਇਹ ਖੇਤੀਬਾੜੀ ਦਾ ਹੀ ਕੰਮ ਕਰਦਾ। ਲਾਇਸੈਂਸ ਦਾ ਸੀਗਾ ਜੀ? ਇਹ ਜਦੋਂ ਫੜਿਆ ਜਾਊਗਾ ਪਤਾ ਲੱਗੂਗਾ ਵੀ ਉਹ ਕਿਹੜੇ ਨਾਲ ਹੈ। ਹਜੇ ਪਿੰਡ 'ਚੋਂ ਜਿਹੜੀ ਪੜਤਾਲ ਕੀਤੀ ਉਦੋਂ ਇਹੀ ਪਤਾ ਲੱਗਿਆ ਵੀ ਲਾਇਸੈਂਸੀ ਸੀਗਾ ਇਹਦੇ ਕੋਲ, ਬਾਕੀ ਅਸੀਂ ਅੱਗੇ ਪੜਤਾਲ ਕਰ ਰਹੇ ਹਾਂ, ਦੇਖਾਂਗੇ।